ਪਹਿਲਾਂ ਇਹਨਾਂ ਨੇ ਸਾਡੇ ਰੇਲ ਵੇਚੀ, ਇਹਨਾਂ ਨੇ ਸਾਡੇ ਏਅਰਪੋਰਟ ਵੇਚੇ, ਸਾਡੇ ਬੱਚਿਆਂ ਦੀ ਨੌਕਰੀ ਇਹਨਾਂ ਨੇ ਖਾਈ, ਹੁਣ ਸਾਡੇ ਕਿਸਾਨ ਦੀ ਇਹਨਾਂ ਨੇ ਜ਼ਮੀਨ ਖੋਣ ਦੀ ਕੋਸ਼ਿਸ਼ ਕੀਤੀ ਹੈ। ਜ਼ਮੀਨ ਸਾਡੀ ਮਾਂ ਹੈ, ਧਰਤੀ ਸਾਡੀ ਮਾਂ ਹੈ। ਇਹ ਹਿੰਦੁਸਤਾਨ ਦਾ ਅੰਦੋਲਨ ਹੈ, ਹਿੰਦੁਸਤਾਨ ਦੀ ਕਿਸਾਨੀ ਦਾ ਅੰਦੋਲਨ ਹੈ, ਧਰਤੀ ਪੁੱਤਰਾਂ ਦਾ ਅੰਦੋਲਨ ਹੈ। ਮੋਦੀ ਕੀ ਕਹਿ ਰਿਹਾ ਹੈ, ਇਹ ਕੋਈ ਸਬਜੈਕਟ ਨਹੀਂ। ਦੇਖੋ, ਨਾ ਤਾਂ ਮੋਦੀ ਨੇ ਕਦੇ ਖੇਤੀ ਕੀਤੀ, ਨਾ ਮੋਦੀ ਨੂੰ ਖੇਤੀ ਦਾ ਗਿਆਨ, ਨਾ ਖੱਟੜ ਸਾਹਿਬ ਨੂੰ ਗਿਆਨ। ਜਿਹੜੇ ਆਪਣੇ ਪਰਿਵਾਰ ਨਹੀਂ ਬਸਾ ਸਕੇ, ਉਹ ਦੇਸ਼ ਦੀ ਖੇਤੀ ਕਿਵੇਂ ਬਸਾਉਣਗੇ? ਕੇਵਲ 2% ਅਮਰੀਕਾ ਦੇ ਅੰਦਰ ਕਿਸਾਨ ਰਹੇ ਹੈ, ਉਹ ਵੀ ਸਰਕਾਰ ਉਹਨਾਂ ਨੂੰ ਸਬਸਿਡੀਆਂ ਦੇ ਰਹੀ ਹੈ। ਪੂਰੇ ਯੂਰੋਪ ਦੇ ਅੰਦਰ ਕਿਸਾਨ ਦੀ ਖੇਤੀ ਨੂੰ ਇਸ ਬਿੱਲ ਨੇ ਘਾਟਾ ਦਿੱਤਾ ਹੈ, ਅਤੇ ਸਾਡੇ ਹਿੰਦੁਸਤਾਨ ਦੇ ਅੰਦਰ ਵੀ ਜਦੋਂ ਇਹ ਬਿੱਲ ਆਇਆ, ਅਸੀਂ ਇਸ ਬਿੱਲਾਂ ਨੂੰ ਨਕਾਰਦੇ ਹਾਂ। ਸਰਕਾਰ ਜਿਹੜੀ ਕਹਿੰਦੀ ਅੰਦੋਲਨ ਠੰਡਾ ਹੋਊਗਾ, ਠੰਡਾ ਹੁੰਦਾ ਤਾਂ ਹੋ ਜਾਂਦਾ। ਪਹਿਲਾਂ ਪੰਜਾਬ ਸ਼ੁਰੂ ਸੀਗਾ, ਹਰਿਆਣਾ ਉਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜ੍ਹਾ, ਰਾਜਸਥਾਨੀ ਵੀਰ ਅੱਗੇ ਆਏ ਹੈ, ਇਹ ਪੂਰੇ ਮੁਲਕ ਦਾ ਅੰਦੋਲਨ ਬਣ ਚੁੱਕਿਆ ਹੈ। ਇਹ ਅੰਦੋਲਨ ਬਹੁਤ ਵੱਡਾ, ਜਿੰਨਾ ਲੇਟ ਹੋਊਗਾ ਓਨਾ ਹੀ ਮੋਦੀ ਦੀ ਸਿਰਦਰਦੀ ਵਧੂਗੀ। ਜਿਹੜਾ ਵੀ ਆਉਂਦਾ ਵੀਰ, ਉਹ ਕਹਿੰਦਾ ਹਾਂ ਬਈ ਕਮੀ ਦੱਸੋ, ਕੋਈ ਚੀਜ਼ ਦੀ ਘਾਟ ਹੋਵੇ ਤਾਂ। ਪਰ ਇਹ ਬਾਬੇ ਨਾਨਕ ਦਾ ਲੰਗਰ ਹੈ, ਚੱਲਦਾ ਰਹੂਗਾ, ਅਟੂਟ ਚੱਲਦਾ ਰਹੂਗਾ ਇਹ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਅਸੀਂ ਹਰਿਆਣਾ ਰਾਜਸਥਾਨ ਬਾਰਡਰ 'ਤੇ ਹਾਂ। ਇਹ ਬਾਰਡਰ ਸ਼ਾਹਜਹਾਂ ਖੇੜਾ ਬਾਰਡਰ ਵੱਜਦਾ। ਇਸ ਬਾਰਡਰ 'ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਹਰਿਆਣਾ ਰਾਜਸਥਾਨ ਦੇ ਕਿਸਾਨ ਵੱਡੀ ਗਿਣਤੀ ਵਿੱਚ, ਹੋਰ ਸਟੇਟਾਂ ਦੇ ਕਿਸਾਨਾਂ ਨੇ ਦੱਸਿਆ ਕਿ ਗੁਜਰਾਤ ਦੇ ਕਿਸਾਨ ਅਤੇ ਹੋਰ ਸਟੇਟਾਂ ਦੇ ਕਿਸਾਨ ਇੱਥੇ ਪ੍ਰਦਰਸ਼ਨ 'ਤੇ ਪਹੁੰਚ ਰਹੇ ਨੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਟਿਕਰੀ ਬਾਰਡਰ, ਕੁੰਡਲੀ ਬਾਰਡਰ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮੌਜੂਦ ਨੇ, ਪਰ ਪੰਜਾਬੀ ਲੋਕ ਚੈਨਲ ਦੀ ਟੀਮ ਪਹੁੰਚੀ ਆ ਹਰਿਆਣਾ ਰਾਜਸਥਾਨ ਬਾਰਡਰ 'ਤੇ, ਜਿੱਥੇ ਪ੍ਰਦਰਸ਼ਨ ਲਗਾਤਾਰ ਜਾਰੀ ਆ। ਵੱਡਾ ਪ੍ਰਦਰਸ਼ਨ ਆ, ਵੱਡੀ ਗਿਣਤੀ ਵਿੱਚ, ਵੱਡੀਆਂ ਵੱਧ ਤੋਂ ਵੱਧ ਗਿਣਤੀ ਦੀਆਂ ਸਟੇਟਾਂ 'ਚੋਂ ਇੱਥੇ ਲੋਕ ਪਹੁੰਚੇ ਨੇ, ਕਿਸਾਨ ਆਏ ਹੋਏ ਨੇ। ਸੋ ਗੱਲਬਾਤ ਤੁਹਾਨੂੰ ਦੱਸਾਂਗੇ ਕਿ ਕੁੰਡਲੀ ਬਾਰਡਰ ਅਤੇ ਟਿਕਰੀ ਬਾਰਡਰ 'ਤੇ ਆਪਾਂ ਦੇਖਦੇ ਆਏ ਹਾਂ ਕਿ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਨੇ, ਲੰਗਰ ਲਾਏ ਹੋਏ ਨੇ ਵੱਡੇ ਵੱਡੇ। ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰਿਆਣਾ ਰਾਜਸਥਾਨ ਬਾਰਡਰ 'ਤੇ ਵੀ ਲੰਗਰ ਲੱਗੇ ਹੋਏ ਨੇ, ਜੂਸ ਦਾ ਲੰਗਰ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਨੇ, ਅਤੇ ਹਰਿਆਣਾ ਰਾਜਸਥਾਨ ਦੇ ਵੱਡੀ ਗਿਣਤੀ ਵਿੱਚ ਹੋਰ ਸਟੇਟਾਂ ਦੇ ਕਿਸਾਨ। ਤੁਹਾਨੂੰ ਹਰਿਆਣਾ ਰਾਜਸਥਾਨ ਬਾਰਡਰ 'ਤੇ ਅਸੀਂ ਖੜ੍ਹੇ ਹਾਂ, ਤੁਹਾਨੂੰ ਮਸ਼ੀਨ ਦਿਖਾਉਂਦੇ ਹਾਂ। ਇੱਕ ਮਸ਼ੀਨ ਦਾਨ ਕਰਕੇ ਗਏ ਨੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ, ਮਸ਼ੀਨ ਦਾਨ ਕਰੀ ਆ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਜੋ ਤਕਰੀਬਨ 3 ਲੱਖ ਦੀ ਮਸ਼ੀਨ ਦੱਸੀ ਜਾ ਰਹੀ ਆ ਕਿ 3 ਲੱਖ ਕੀਮਤ ਦੀ ਆ। ਇਹ ਰੋਟੀਆਂ ਬਣਾਵੇਗੀ, ਰੋਟੀਆਂ ਬਣਾਉਣ ਵਾਲੀ ਮਸ਼ੀਨ ਇੱਥੇ ਦਾਨੀ ਸੱਜਣ ਮਤਲਬ ਦੇ ਕੇ ਗਏ ਨੇ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਹਰਿਆਣਾ ਰਾਜਸਥਾਨ ਬਾਰਡਰ ਦੀਆਂ। ਸੋ ਸਾਡੇ ਨਾਲ ਪਵਨ ਦੁੱਗਲ ਜੀ ਮੌਜੂਦ ਨੇ, ਕਿਸਾਨ ਆਗੂ। ਦੁੱਗਲ ਜੀ, ਪ੍ਰਦਰਸ਼ਨ ਕਦੋਂ ਤੋਂ ਜਾਰੀ ਆ ਤੁਹਾਡਾ ਅਤੇ ਕਦੋਂ ਤੱਕ ਜਾਰੀ ਰਹਿਣਾ? ਹਮ ਯਹਾਂ ਪਰ ਪੰਜਾਬ ਕੇ ਕਿਸਾਨੋਂ ਨੇ ਆਹਵਾਨ ਕੀਆ ਥਾ ਕਿ 12 ਤਾਰੀਖ ਕੋ ਦਿੱਲੀ ਔਰ ਜੈਪੁਰ, ਇਹ ਜੋ ਹਾਈਵੇ ਨੈਸ਼ਨਲ ਹਾਈਵੇਜ਼ ਕੋ ਜਾਮ ਕਰਨਾ ਹੈ। ਹਮ ਲੋਕ ਯਹਾਂ ਸੇ ਤਕਰੀਬਨ 600 ਕਿਲੋਮੀਟਰ ਦੂਰ, ਸਭਸੇ ਪਹਿਲੇ 6 ਟਰੈਕਟਰ ਟਰਾਲੀਆਂ ਲੇਕਰ ਗੰਗਾਨਗਰ ਜ਼ਿਲ੍ਹੇ ਕੇ ਸੀਮਾਵਰਤੀ ਇਲਾਕੇ ਗੜਸਾਣਾ ਰਾਵੜਾ ਸੇ ਚਲੇ ਥੇ। ਹਮ ਲੋਕ 3 ਦਿਨ ਕਾ ਸਫ਼ਰ ਕਰਨੇ ਕੇ ਬਾਅਦ ਮੇ ਇਸ ਮੁਕਾਮ ਪੇ ਪਹੁੰਚੇ, ਔਰ ਪਹਿਲੇ ਦਿਨ ਹੀ ਹਮਨੇ ਇਸ ਜਾਮ ਕੋ ਸਫਲ ਬਣਾਉਣ ਕੇ ਲਈ ਹਮਾਰੇ ਟਰੈਕਟਰ ਟਰਾਲੀਆਂ ਸਭਸੇ ਪਹਿਲੇ ਅਗਵਾਈ ਕਰਨੇ ਕੇ ਲੀਏ ਲਗਾ ਦੀ ਥੀ, ਔਰ ਹਮ ਆਪਣੇ ਇਲਾਕੇ ਸੇ ਪੂਰਾ ਰਾਸ਼ਨ ਪਾਣੀ ਬੰਦੋਬਸਤ ਕਰਕੇ 2 ਟਰੈਕਟਰ ਟਰਾਲੀਓ ਮੇ ਲਾਏ ਹੈ, ਤਾਂ ਕਿ ਜੋ ਵੀ ਹਮਾਰੇ ਪਿੱਛੇ ਸੰਗਤ ਆਏਗੀ, ਕਿਸਾਨ ਜੱਥੇ ਆਏਗੇ, ਉਨਕੇ ਲੀਏ ਖਾਣੇ ਪੀਣੇ ਕੀ ਕੋਈ ਕਮੀ ਨਹੀਂ ਹੋ। ਹਮਾਰਾ ਲੰਗਰ ਪਹਿਲੇ ਦਿਨ ਸੇ ਯਹਾਂ ਸ਼ੁਰੂ ਹੋ ਗਿਆ ਥਾ, ਔਰ ਅਬ ਅਟੂਟ ਲੰਗਰ ਹੀ ਇਹ ਬਾਬਾ ਨਾਨਕ ਹੈ, ਵੋ ਲਗਾਤਾਰ ਜਾਰੀ ਹੈ। ਠੀਕ ਹੈ, ਇੱਥੇ ਮਸ਼ੀਨ ਦੇਖ ਰਹੇ ਸੀ, ਮਸ਼ੀਨ ਕੌਣ ਦੇ ਕੇ ਗਿਆ ਦੁੱਗਲ ਜੀ? ਇਹ ਦੇਖੀਏ, ਹਮ ਲੋਕ ਪਹਿਲੇ ਤੋਂ ਇਨ ਭੱਠੀਓ ਪੇ ਸਿਲੰਡਰੋ ਪੇ ਹਮਾਰਾ ਕਾਮ ਚੱਲ ਰਿਹਾ ਥਾ। ਅਬ ਆਪ ਦੇਖ ਰਹੇ ਹੋ ਤਕਰੀਬਨ 5 ਕਿਲੋਮੀਟਰ ਸੇ ਜ਼ਿਆਦਾ ਹਮਾਰਾ ਜੋ ਜੱਥਾ ਹੈ ਉਹ ਯਹਾਂ ਪਹੁੰਚ ਚੁੱਕਾ ਹੈ, ਔਰ ਕਿਸਾਨ ਸਾਥੀਓ ਨੇ ਵੀ ਜਬ ਇਹ ਤੈਅ ਕੀਆ ਕਿ ਯਹਾਂ ਵਿਵਸਥਾਓਂ ਕੋ ਔਰ ਜ਼ਿਆਦਾ ਮਜ਼ਬੂਤ ਕਰਨਾ ਹੈ, ਤੋ ਇਹ ਮਸ਼ੀਨ ਵੀ ਹਮੇ ਦਾਨਦਾਤਾਓਂ ਦੁਆਰਾ ਯਹਾਂ ਮਿਲੀ ਹੈ, ਤਾਂ ਕਿ ਕਿਸੀ ਵੀ ਬਾਤ ਕੇ ਕਿਸਾਨ ਕੋ ਸਮੇਂ ਪੇ ਹਮ ਲੰਗਰ ਦੇ ਸਕੇ, ਔਰ ਟਾਈਮ ਵੀ ਬਚ ਸਕੇ। ਔਰ ਇਸ ਮਸ਼ੀਨ ਕਾ ਮਤਲਬ ਇਹ ਹੈ ਕਿ ਜਿਤਨੀ ਜ਼ਿਆਦਾ ਸੰਗਤ ਹਮ ਹਜ਼ਾਰੋਂ ਕੀ ਤਾਦਾਦ ਕੇ ਅੰਦਰ ਜੋ ਕਿਸਾਨ ਆਪਣੇ ਘਰ ਸੇ ਚਲੇ, ਉਨਕੇ ਲੀਏ ਰੋਟੀ ਪਾਣੀ ਕੀ ਕੋਈ ਕਮੀ ਨਹੀਂ ਹੋ, ਇਸ ਲਈ ਇਹ ਵਿਵਸਥਾ ਹਮਨੇ ਕੀ ਹੈ। ਤੁਸੀਂ ਧਰਨੇ ਪ੍ਰਦਰਸ਼ਨ ਕਰ ਰਹੇ ਹੋ ਲਗਾਤਾਰ ਜਾਰੀ ਨੇ, ਪਰ ਕੇਂਦਰ ਸਰਕਾਰ ਕਹਿ ਰਹੀ ਆ ਕਿ ਕਿਸਾਨਾਂ ਦੇ ਹਿੱਤ ਦੇ ਬਿੱਲ ਨੇ ਇਹ, ਕਿਸਾਨਾਂ ਨੂੰ ਬਹੁਤ ਵੱਡੇ ਫਾਇਦੇ ਦੇਣਗੇ, ਕੀ ਕਹੋਗੇ? ਦੇਖੀਏ, ਕੇਂਦਰ ਸਰਕਾਰ ਅਸਲ 'ਚ ਤਾਂ ਆਹ ਸਰਕਾਰ ਜਨਤਾ ਦੀ ਸਰਕਾਰ ਹੈ ਹੀ ਨਹੀਂ। ਇਹ ਸਰਕਾਰ ਨੇ ਅਡਾਨੀ ਅੰਬਾਨੀ ਦੀ ਗੋਦ ਵਿੱਚ ਬੈਠੀ ਹੈ, ਅਡਾਨੀ ਅੰਬਾਨੀ ਦੇ ਇਸ਼ਾਰੇ 'ਚ ਆਹ ਸਰਕਾਰ ਕੰਮ ਕਰ ਰਹੀ ਹੈ। ਆਹ ਸਰਕਾਰ
ਜਿਵੇਂ ਅਡਾਨੀ ਅੰਬਾਨੀ ਇਸ ਨੂੰ ਬਿਜ਼ਨਸ ਬਣਾ ਕੇ ਇਸ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਨੂੰ ਖੋਹਣ ਦਾ ਇਰਾਦਾ ਰੱਖਦੇ ਹੈ। ਪਹਿਲਾਂ ਇਹਨਾਂ ਨੇ ਸਾਡੇ ਰੇਲ ਵੇਚੀ, ਇਹਨਾਂ ਨੇ ਸਾਡੇ ਏਅਰਪੋਰਟ ਵੇਚੇ, ਸਾਡੇ ਬੱਚਿਆਂ ਦੀ ਨੌਕਰੀ ਇਹਨਾਂ ਨੇ ਖਾਈ, ਹੁਣ ਸਾਡੇ ਕਿਸਾਨ ਦੀ ਇਹਨਾਂ ਨੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਜ਼ਮੀਨ ਸਾਡੀ ਮਾਂ ਹੈ, ਧਰਤੀ ਸਾਡੀ ਮਾਂ ਹੈ, ਇਸ ਕਰਕੇ ਸਾਡੇ ਦੇਸ਼ ਦਾ ਅੰਨਦਾਤਾ ਉੱਠਿਆ ਹੈ। ਅਸੀਂ ਵਧਾਈ ਦਿੰਦੇ ਹਾਂ ਪੰਜਾਬ ਦੇ ਸੂਰਵੀਰ ਲੋਕਾਂ ਨੂੰ ਜਿਨ੍ਹਾਂ ਨੇ ਅਗਵਾਈ ਕੀਤੀ ਹੈ, ਵੱਡੇ ਵੀਰਾਂ ਨੇ। ਅਸੀਂ ਵੀ ਉਹਨਾਂ ਦੇ ਨਾਲ ਹੁਣ ਕੰਧੇ 'ਤੇ ਕੰਧਾ ਲਾ ਕੇ, ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਬਰਾਬਰ ਇੱਥੇ ਖੜ੍ਹੇ ਹੈ। ਅਤੇ ਭਾਵੇਂ ਸਾਨੂੰ 6 ਮਹੀਨੇ ਲੱਗੇ, ਭਾਵੇਂ ਸਾਨੂੰ ਸਾਲ ਲੱਗੇ, ਇਸ ਸਰਕਾਰ ਨੂੰ, ਅਡਾਨੀ ਅੰਬਾਨੀ ਦੀ ਸਰਕਾਰ ਨੂੰ ਚੁਕਾ ਕੇ ਹੀ ਅਸੀਂ ਜਿੱਤ ਕੇ ਅਸੀਂ ਘਰ ਜਾਣਾ। ਅਸੀਂ ਆਪਣੇ ਪਰਿਵਾਰ ਟੱਬਰਾਂ ਨਾਲ ਇੱਥੇ ਪਹੁੰਚੇ ਹਾਂ। ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਿਰਫ ਪੰਜਾਬ ਦੇ ਕਿਸਾਨ ਨੇ, ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਤਾਂ ਇਹ ਵੀ ਕਹਿਤਾ ਸੀ ਕਿ ਹਰਿਆਣੇ ਦਾ ਇੱਕ ਵੀ ਕਿਸਾਨ ਨਹੀਂ, ਸਿਰਫ ਪੰਜਾਬ ਦੇ ਕਿਸਾਨ ਨੇ। ਕੀ ਕਹੋਗੇ, ਇਕੱਲੇ ਪੰਜਾਬ ਦੇ ਕਿਸਾਨ ਨੇ? ਪਰ ਅਸੀਂ ਉਰੇ ਦੇਖਿਆ ਰਾਜਸਥਾਨ ਹਰਿਆਣਾ ਬਾਰਡਰ 'ਤੇ ਪੰਜਾਬੀ ਘੱਟ, ਅਤੇ ਤੁਸੀਂ ਬਾਹਰਲੀਆਂ ਸਟੇਟਾਂ ਵਾਲੇ ਵੱਡੀ ਗਿਣਤੀ 'ਚੋਂ ਕੀ ਕਹੋਗੇ? ਦੇਖਿਆ, ਹਿੰਦੁਸਤਾਨ ਸਾਡਾ ਇੱਕ ਹੈ, ਪੰਜਾਬ ਸਾਡਾ ਬਰਾਬਰ ਦਾ ਭਰਾ ਹੈ, ਅਸੀਂ ਰਾਜਸਥਾਨ ਦੇ ਲੋਕ ਹੈ। ਆਹ ਗੱਲ ਆ ਸਾਡੀ ਕਮੀ ਜ਼ਰੂਰ ਰਹੀ ਹੈ ਬਈ, ਅਸੀਂ ਅੰਦੋਲਨ ਨੂੰ ਕਾਫੀ ਲੇਟ ਸ਼ੁਰੂ ਕੀਤਾ ਹੈ, ਮਗਰ ਉਹਨਾਂ ਵੀਰਾਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਉਹ ਅਸੀਂ ਮੰਜ਼ਿਲ ਤੱਕ ਲੈ ਕੇ ਜਾਵਾਂਗੇ। ਇੱਥੇ ਇਕੱਲਾ ਪੰਜਾਬ ਦੀ ਗੱਲ ਨਹੀਂ, ਪੰਜਾਬ ਆਗੂ ਰਿਹਾ, ਇਤਿਹਾਸ ਰਿਹਾ, ਮਗਰ ਪੰਜਾਬ ਦੇ ਨਾਲ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਤੁਸੀਂ ਦੇਖੋਗੇ ਇਨ 5 ਕਿਲੋਮੀਟਰ ਦਾਇਰੇ ਦੇ ਅੰਦਰ। ਪਰਸੋਂ ਸਾਡੇ ਗੁਜਰਾਤ ਦੇ ਘੱਟੋ ਘੱਟ 250-300 ਬੰਦੇ ਇੱਥੇ ਆਏ ਹੈ, ਮੱਧ ਪ੍ਰਦੇਸ਼ ਦੇ ਬੰਦੇ ਆ ਰਹੇ। ਇਹ ਹਿੰਦੁਸਤਾਨ ਦਾ ਅੰਦੋਲਨ ਹੈ, ਹਿੰਦੁਸਤਾਨ ਦੀ ਕਿਸਾਨੀ ਦਾ ਅੰਦੋਲਨ ਹੈ, ਧਰਤੀ ਪੁੱਤਰਾਂ ਦਾ ਅੰਦੋਲਨ ਹੈ। ਮੋਦੀ ਕੀ ਕਹਿ ਰਿਹਾ ਇਹ ਕੋਈ ਸਬਜੈਕਟ ਨਹੀਂ, ਮੋਦੀ ਸਾਨੂੰ ਕੀ ਸਾਡੇ ਕਿਸਾਨਾਂ ਵਾਸਤੇ ਆਤੰਕਵਾਦੀ, ਅਲਗਾਵਾਦੀ ਕੀ ਕਹਿ ਰਿਹਾ, ਇਹ ਮੁੱਦਾ ਨਹੀਂ। ਸਾਡਾ ਮੁੱਦਾ ਇੱਕੋ ਹੀ ਹੈ ਕਿ ਅਸੀਂ ਸੰਸਦ ਦਾ ਜਿਹੜਾ ਫੈਸਲਾ ਲਿਆ ਉਸ ਫੈਸਲੇ ਨੂੰ ਮਜਬੂਰ ਕਰਾਂਗੇ ਸਰਕਾਰ ਨੂੰ, ਅਤੇ ਸਰਕਾਰ ਸੰਸਦ ਬੁਲਾਊਗੀ। ਇਹ ਜਿਹੜੇ 3 ਕਾਲੇ ਕਾਨੂੰਨ ਲਿਆਏ ਹੈ ਇਹਨਾਂ ਨੂੰ ਸਰਕਾਰ ਵਾਪਸ ਲੈਣਾ ਪਊਗਾ। ਇਹ ਹਿੰਦੁਸਤਾਨ ਦੀ ਲੋਕਤੰਤਰ ਦੀ ਖੂਬਸੂਰਤੀ ਅਸੀਂ ਦਿਖਾਵਾਂਗੇ ਸਰਕਾਰ ਨੂੰ। ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਨੇ ਕਿ ਦੂਜੀਆਂ ਪਾਰਟੀਆਂ ਨੇ ਕਿਸਾਨਾਂ ਦਾ ਨੁਕਸਾਨ ਕੀਤਾ, ਪਰ ਬੀਜੇਪੀ ਸਰਕਾਰ ਆ ਜਿਹੜੀ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਕਰਨ ਜਾ ਰਹੀ ਆ, ਕੀ ਫਾਇਦਾ ਉਹ? ਦੇਖੋ, ਨਾ ਤਾਂ ਮੋਦੀ ਨੇ ਕਦੇ ਖੇਤੀ ਕੀਤੀ, ਨਾ ਮੋਦੀ ਨੂੰ ਖੇਤੀ ਦਾ ਗਿਆਨ, ਨਾ ਖੱਟੜ ਸਾਹਿਬ ਨੂੰ ਗਿਆਨ, ਜਿਹੜੇ ਆਪਣੇ ਪਰਿਵਾਰ ਨਹੀਂ ਬਸਾ ਸਕੇ ਉਹ ਦੇਸ਼ ਦੀ ਖੇਤੀ ਕਿਵੇਂ ਬਸਾਉਣਗੇ? ਇਹ ਤਾਂ ਅੰਨਦਾਤਾ ਜਿਹੜਾ ਇੱਥੇ ਠੰਡ ਦੇ ਅੰਦਰ ਬੈਠਾ ਹੈ, ਠੰਡ ਦੇ ਅੰਦਰ -ਡਿਗਰੀ ਦੇ ਅੰਦਰ ਜਿਹੜਾ ਬੈਠਾ ਹੈ ਨਾ, ਉਹ ਕਿਸਾਨ ਹੈ। ਜਿਹੜਾ ਏਅਰ ਕੰਡੀਸ਼ਨਰ 'ਚ ਬੈਠਾ ਹੈ ਉਹ ਵੱਡਾ ਵਪਾਰੀ ਹੈ। ਕਿਸਾਨ ਧਰਤੀ 'ਤੇ ਕੱਲ੍ਹ ਵੀ ਸੀਗਾ, ਅੱਜ ਵੀ ਧਰਤੀ 'ਤੇ ਹੈ, ਅਤੇ ਕਿਸਾਨ ਧਰਤੀ 'ਤੇ ਰਹੂਗਾ। ਐਸੇ ਹੀ ਅੰਨ ਜਲ ਪੈਦਾ ਕਰਕੇ ਅਤੇ ਮੂੰਹ ਤੋੜ ਜਵਾਬ ਦੇਊਗਾ। ਸਰਕਾਰ ਮੋਦੀ ਕੀ ਕਹਿ ਰਿਹਾ ਉਹ ਸਾਡਾ ਸਬਜੈਕਟ ਨਹੀਂ, ਸਾਡਾ ਨਿਸ਼ਾਨਾ ਇੱਕੋ ਹੀ ਹੈ। ਜਿਵੇਂ ਅਰਜੁਨ ਦਾ ਨਿਸ਼ਾਨਾ ਮੱਛਲੀ ਦੀ ਅੱਖ 'ਤੇ ਸੀ, ਸਾਡਾ ਨਿਸ਼ਾਨਾ ਵੀ ਦੇਸ਼ ਦੀ ਪਾਰਲੀਮੈਂਟ 'ਤੇ ਹੈ, ਅਤੇ ਅਸੀਂ ਇਹ ਮੁਕੰਮਲ ਤੌਰ 'ਤੇ ਜਿੱਤ ਕੇ ਜਾਵਾਂਗੇ। ਪੂਰੇ ਦੇ ਪੂਰੇ ਖੇਤੀ ਕਾਨੂੰਨ ਰੱਦ ਕਰਵਾਵੋਗੇ, ਜਾਂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਸੋਧ ਕਰਨ ਨੂੰ ਅਸੀਂ ਤਿਆਰ ਹਾਂ, ਸੋਧ ਕਰਵਾਓ, ਕੀ ਕਹੋਗੇ? ਨਹੀਂ, ਬਿਲਕੁਲ ਨਹੀਂ। 3 ਜਿਹੜੇ ਕਾਨੂੰਨ ਲਿਆਏ ਹੈ, ਇਹ ਕਾਨੂੰਨ ਅਮਰੀਕਾ ਨੇ ਦੇਖ ਲਏ, ਅਮਰੀਕਾ ਵਰਗੇ ਸ਼ਹਿਰ ਉੱਥੇ ਫੇਲ ਹੋ ਗਏ, ਅਮਰੀਕਾ ਦੀ ਕਿਸਾਨੀ ਫੇਲ ਹੋ ਗਈ। ਕੇਵਲ 2% ਅਮਰੀਕਾ ਦੇ ਅੰਦਰ ਕਿਸਾਨ ਰਹੇ ਹੈ, ਉਹ ਵੀ ਸਰਕਾਰ ਉਹਨਾਂ ਨੂੰ ਸਬਸਿਡੀਆਂ ਦੇ ਰਹੀ ਹੈ। ਪੂਰੇ ਯੂਰੋਪ ਦੇ ਅੰਦਰ ਕਿਸਾਨ ਦੀ ਖੇਤੀ ਨੂੰ ਇਸ ਬਿੱਲ ਨੇ ਘਾਟਾ ਦਿੱਤਾ ਹੈ, ਅਤੇ ਸਾਡੇ ਹਿੰਦੁਸਤਾਨ ਦੇ ਅੰਦਰ ਵੀ ਜਦੋਂ ਇਹ ਬਿੱਲ ਆਇਆ, ਅਸੀਂ ਇਸ ਬਿੱਲਾਂ ਨੂੰ ਨਕਾਰਦੇ ਹਾਂ, 3ੋਂ ਬਿੱਲ ਵਾਪਸ ਹੋਣਗੇ। ਸਾਡਾ ਸਰਕਾਰ ਨੂੰ ਬੇਨਤੀ ਹੈਗੀ, ਘੱਟੋ ਘੱਟ ਜਿਹੜਾ ਸਾਡਾ AMPC ਐਕਟ ਹੈ ਉਹਨੂੰ ਸੁਧਾਰੇ, ਜਿਹੜੇ ਪੁਰਾਣੇ ਨਿਯਮ ਹੈ ਉਹਨਾਂ ਦੀ ਕਮੀਆਂ ਉਹਨਾਂ ਨੂੰ ਦੂਰ ਕਰੇ। ਇਹ 3ੋਂ ਬਿੱਲ ਖਾਰਿਜ ਕਰਾਵਾਂਗੇ, ਕੋਈ ਅਮੈਂਡਮੈਂਟ ਅਸੀਂ ਆਉਣ ਨਹੀਂ ਦੇਵਾਂਗੇ। ਸਰਕਾਰ ਚੁੱਪ ਚਾਪ ਲੱਗ ਰਹੀ ਆ, ਹਜੇ ਵੀ ਕਹਿ ਰਹੀ ਹੈ ਕਿ ਸੋਧ ਕਰਨ ਨੂੰ ਤਿਆਰ ਹਾਂ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਸੋਚ ਇਹ ਨਾ ਰਹੀ ਹੋਵੇ ਦੁੱਗਲ ਜੀ ਕਿ ਇਹ ਅੰਦੋਲਨ ਘੱਟ ਜਾਏਗਾ, ਹਲਕਾ ਹੋ ਜਾਏਗਾ? ਇਹ ਵੱਧ ਰਿਹਾ ਜਾਂ ਹਲਕਾ ਹੋ ਰਿਹਾ? ਦੇਖੋ, ਸਰਕਾਰ ਦਾ ਪਾਲਾ ਕਿਸਾਨਾਂ ਨਾਲ ਪਿਆ ਬਈ। ਇਹ ਕਿਸਾਨ ਹੈਗੇ ਜਿਹੜੇ ਅੱਜ ਹਿੰਦੁਸਤਾਨ ਦੇ ਲੋਕ, ਹਿੰਦੁਸਤਾਨ ਦੀ ਸਰਕਾਰਾਂ ਘੱਟੋ ਘੱਟ ਵੀ 5 ਸਾਲ ਦਾ ਰਾਸ਼ਨ, ਅਸੀਂ ਕੋਰੋਨਾ ਕਾਲ ਦੇ ਅੰਦਰ ਦੇਸ਼ ਦਾ ਖਜ਼ਾਨਾ ਭਰਿਆ ਹੋਇਆ, ਦੇਸ਼ ਦੇ ਅੰਦਰ 5 ਸਾਲ ਅੰਨ ਅਸੀਂ ਭਰ ਕੇ ਦਿੱਤੇ ਹੋਏ ਹੈ। ਇਸ ਕਰਕੇ ਸਰਕਾਰ ਜਿਹੜੀ ਕਹਿੰਦੀ ਅੰਦੋਲਨ ਠੰਡਾ ਹੋਊਗਾ, ਠੰਡਾ ਹੁੰਦਾ ਤਾਂ ਹੋ ਜਾਂਦਾ। ਪਹਿਲਾਂ ਪੰਜਾਬ ਸ਼ੁਰੂ ਸੀਗਾ, ਹਰਿਆਣਾ ਉਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜ੍ਹਾ ਹੈ, ਰਾਜਸਥਾਨੀ ਵੀਰ ਅੱਗੇ ਆਏ ਹੈ, ਇਹ ਪੂਰੇ ਮੁਲਕ ਦਾ ਅੰਦੋਲਨ ਬਣ ਚੁੱਕਿਆ। ਉਹ ਸਰਕਾਰ ਜਿਹੜੀ ਮਰਜ਼ੀ ਗੰਦੀ ਤੋਂ ਗੰਦੀ ਆਪਦੀ ਨੀਤੀ ਅਪਣਾ ਲਵੇ, ਇਹ ਤਾਂ ਕਿਸਾਨ ਅੰਦੋਲਨ ਬਣ ਚੁੱਕਿਆ। ਅਸਲ 'ਚ ਕਿਸਾਨ ਅੰਦੋਲਨ ਵੀ ਨਹੀਂ, ਹੁਣ ਇਹ ਜਨ ਅੰਦੋਲਨ ਬਣ ਚੁੱਕਿਆ। ਖੇਤੀਹਰ ਮਜ਼ਦੂਰ ਸਾਡੇ ਨਾਲ ਨੇ, ਜਿਹੜੇ ਕਾਮਗਾਰ ਬੰਦੇ ਨੇ ਉਹ ਸਾਡੇ ਨਾਲ ਨੇ ਪੂਰੇ। ਹੁਣ ਜਿੱਥੇ ਅਸੀਂ ਬੈਠੇ ਹੈ, ਕੱਲ੍ਹ ਸਵੇਰੇ ਸਾਨੂੰ ਦੁੱਧ ਲੱਸੀ ਇਹਨਾਂ ਲੋਕਾਂ ਨੇ ਲਿਆ ਕੇ ਦਿੱਤੀ ਹੈ। ਇਸ ਕਰਕੇ ਅੰਦੋਲਨ ਬਹੁਤ ਵੱਡਾ, ਜਿੰਨਾ ਲੇਟ ਹੋਊਗਾ ਓਨਾ ਹੀ ਮੋਦੀ ਦੀ ਸਿਰਦਰਦੀ ਵਧੂਗੀ।
ਤੁਸੀਂ ਕਹਿੰਦੇ ਹੋ ਜਨ ਅੰਦੋਲਨ ਬਣ ਗਿਆ ਤਾਂ ਕਦੋਂ ਸਮਾਪਤ ਹੋਊਗਾ? ਪੂਰੇ ਕਾਨੂੰਨ ਖਤਮ ਹੋਣ ਤੋਂ ਬਾਅਦ ਹੀ ਕਰ ਜਾਵੋਗੇ? ਬਿਲਕੁਲ, ਅਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਏ, ਆਪ ਜੀ ਖੇਤੀ ਬਚਾਉਣੀ ਹੈ, ਅਸੀਂ ਇਸ ਖੇਤੀ, ਅਸੀਂ ਧਰਤੀ ਹੈ, ਇਹ ਸਾਡੀ ਮਾਂ ਹੈ, ਅਸੀਂ ਮਾਂ ਦੀ ਤਰਫ ਜਿਨ੍ਹਾਂ ਨੇ ਉਂਗਲੀ ਉਠਾਈ ਹੈ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅਤੇ ਇਹ ਬਿੱਲ ਰੱਦ ਕਰਾ ਕੇ ਜਾਵਾਂਗੇ ਭਾਵੇਂ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲਵੇ। ਦੁੱਗਲ ਜੀ, ਦਾਨੀ ਸੱਜਣ ਕਿੰਨਾ ਕੁ ਦਾਨ ਕਰ ਰਹੇ ਨੇ ਇੱਥੇ? ਅਸੀਂ ਜਦੋਂ ਪਹਿਲੀ ਇੱਥੇ ਪਹਿਲਾ ਮੋਰਚਾ ਖੋਲਿਆ ਉਦੋਂ ਸਾਡੇ ਕੋਲ 10 ਕੁਇੰਟਲ ਆਟਾ ਸੀ, ਹੁਣ ਸਾਡੇ ਕੋਲ 100 ਕੁਇੰਟਲ ਆਟਾ ਹੈ। 100 ਕੁਇੰਟਲ ਇੱਥੇ ਲੋਕਾਂ ਨੇ ਖੰਡ ਦਿੱਤੀ ਹੈ, ਗੁੜ ਦਿੱਤੇ ਹੈ, ਇੱਥੇ ਹੁਣ ਸਬਜ਼ੀਆਂ ਦੇ ਢੇਰ ਲੱਗੇ ਹੋਏ ਹੈ, ਦੁੱਧ ਦੀ ਗੰਗਾ ਵਹਿ ਰਹੀ ਹੈ ਕਿਸਾਨਾਂ ਦੀ। ਇਸ ਕਰਕੇ ਇਹ ਕੋਈ ਪਰਵਾਹ ਹੀ ਨਹੀਂ ਸਾਨੂੰ ਇਸ ਚੀਜ਼ ਦੀ, ਲੋਕ ਨਾਲ ਹੈ ਬਈ, ਲੋਕ ਲੋਕਾਂ ਦਾ ਸਹਿਯੋਗ ਨਾਲ ਹੈ, ਇਸੇ ਕਰਕੇ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ। ਲੱਖਾਂ ਦੀ ਮਸ਼ੀਨ ਭੇਂਟ ਕਰੀ ਆ, ਤੁਸੀਂ ਦੱਸ ਰਹੇ ਸੀ ਕੌਣ ਭੇਂਟ ਕਰਕੇ ਗਏ ਮਸ਼ੀਨ? ਦੇਖੇ ਇੱਥੇ ਬਾਈ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿੱਥੋਂ ਆ ਰਿਹਾ, ਕਿਹੜਾ ਕਿਸਾਨ ਮਦਦ ਕਰ ਰਿਹਾ, ਕੋਈ ਆਪਦੇ ਸਾਡੇ ਘਰ ਜਿਹੜੀ ਭੈਣਾ ਬੈਠੀ ਹੈ ਉਹ ਉੱਥੋਂ ਦੁੱਧ ਦਹੀਂ ਅਤੇ ਲੱਸੀ ਭੇਜ ਰਹੀ ਹੈ। ਇੱਥੇ ਸਾਨੂੰ ਇੱਕੋ ਹੀ ਹੈ ਜਿਹੜਾ ਵੀ ਆਉਂਦਾ ਵੀਰ ਉਹ ਕਹਿੰਦਾ ਹਾਂ ਬਈ ਕਮੀ ਦੱਸੋ, ਕੋਈ ਚੀਜ਼ ਦੀ ਘਾਟ ਹੋਵੇ ਤਾਂ, ਪਰ ਇਹ ਬਾਬੇ ਨਾਨਕ ਦਾ ਲੰਗਰ ਹੈ, ਚੱਲਦਾ ਰਹੂਗਾ, ਅਟੂਟ ਚੱਲਦਾ ਰਹੂਗਾ ਇਹ। ਸੋ ਇਹ ਸਨ ਕਿਸਾਨ ਆਗੂ ਰਾਜਸਥਾਨ ਤੋਂ ਦੁੱਗਲ ਜੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਅੰਦੋਲਨ ਜਾਰੀ ਰਹੇਗਾ। ਤੁਹਾਨੂੰ ਦੱਸ ਦਈਏ, ਤੁਸੀਂ ਅਕਸਰ ਖਬਰਾਂ ਦੇਖਦੇ ਤੇ ਟਿੱਕਰੀ ਬਾਰਡਰ ਦੀਆਂ, ਕੁੰਡਲੀ ਬਾਰਡਰ ਦੀਆਂ, ਜਿੱਥੇ ਕਿਸਾਨ ਆਗੂ ਪੰਜਾਬ ਹਰਿਆਣੇ 'ਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਨੇ, ਪਰ ਤੁਹਾਨੂੰ ਅੱਜ ਤਸਵੀਰਾਂ ਦਿਖਾ ਰਿਹਾ ਹਰਿਆਣਾ ਰਾਜਸਥਾਨ ਬਾਰਡਰ ਦੀਆਂ, ਜਿੱਥੇ ਵੱਡੀ ਗਿਣਤੀ ਵਿੱਚ ਰਾਜਸਥਾਨ ਦੇ, ਗੁਜਰਾਤ ਦੇ, ਹਰਿਆਣੇ ਦੇ ਕਿਸਾਨ, ਹੋਰ ਸਟੇਟਾਂ ਤੋਂ ਕਿਸਾਨ ਪਹੁੰਚੇ ਨੇ। ਸੋ ਇੱਥੇ ਵੀ ਲੰਗਰਾਂ ਦੇ ਪੂਰੇ ਪ੍ਰਬੰਧ ਨੇ, ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਨੇ, ਸੇਵਾ ਕਰ ਰਹੀਆਂ ਨੇ। ਸੋ ਤੁਹਾਨੂੰ ਦੱਸ ਦਈਏ ਕਿ ਮਸ਼ੀਨ ਦੇ ਕੇ ਕਹਿੰਦੇ ਰੋਟੀਆਂ ਬਣਾਉਣ ਵਾਲੀ ਮਸ਼ੀਨ ਦਾਨ ਕੀਤੀ ਆ ਕਿਸੇ ਦਾਨੀ ਨੇ। ਸੋ ਵੱਡੇ ਦਾਨੀ ਅੰਦੋਲਨਾਂ ਵਿੱਚ, ਕਿਸਾਨਾਂ ਦੇ ਅੰਦੋਲਨਾਂ 'ਚ ਸੇਵਾ ਕਰ ਰਹੇ ਨੇ, ਦਾਨ ਕਰ ਰਹੇ ਨੇ। ਇਕਬਾਲ ਸਿੰਘ ਫੱਗੂ ਵਾਲਾ ਨਾਲ ਗੁਰਪ੍ਰੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।